ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ਼ਮਸ਼ੇਰ ਹੈ ਮੈਂ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਐ ਇੱਕ ਬਹੁਤ ਵਧੀਆ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਜੀ ਖਾਸ ਕਰਕੇ ਉਹਨਾਂ ਲੋਕਾਂ ਲਈ ਇਹ ਇੱਕ ਵਧੀਆ ਉਮੀਦ ਦੀ ਕਿਰਨ ਹੋ ਸਕਦੀ ਹੈ ਜਿਨ੍ਹਾਂ ਦੇ ਬੱਚੇ ਆਸਟ੍ਰੇਲੀਆ 'ਚ ਪੈਦਾ ਹੋਏ ਤੇ 10 ਸਾਲ ਦੇ ਹੋ ਗਏ ਜਾਂ ਹੋਣ ਵਾਲੇ ਆ ਤੇ ਉਹ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਅਪਲਾਈ ਕਰਨਾ ਚਾਹੁੰਦੇ ਨੇ ਆਮ ਤੌਰ ਤੇ ਕੀ ਹੈ ਜੀ ਲਾਅ ਇਹ ਕਹਿੰਦਾ ਕਿ ਜੇ ਕੋਈ ਬੱਚਾ ਆਸਟ੍ਰੇਲੀਆ 'ਚ ਪੈਦਾ ਹੋਇਆ ਹੈ ਉਹ ਆਸਟ੍ਰੇਲੀਆ ਵਿੱਚ 10 ਸਾਲਾਂ ਦਾ ਹੋ ਜਾਂਦਾ ਤੇ ਆਮ ਤੌਰ ਤੇ ਉਹ ਆਸਟ੍ਰੇਲੀਆ 'ਚ ਹੀ ਰਹਿੰਦਾ ਰਿਹਾ ਪਾਪ ਕੇ ਟੈਂਪੋਰਰੀ ਐਬਸੈਂਸ ਤੋਂ ਇਲਾਵਾ ਜੇ ਆਸਟ੍ਰੇਲੀਆ ਚ ਰਹਿੰਦੇ ਤਾਂ ਉਹ 10ਵੇਂ ਬਰਥਡੇ ਤੇ ਉਹ ਸਟੇਟਨ ਸਿਟੀਜ਼ਨ ਬਣ ਜਾਂਦਾ ਹੈ ਤੇ ਉਹ ਤੋਂ ਬਾਅਦ ਉਹਦਾ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਦਾ ਐਵੀਡੈਂਸ ਸਪਲਾਈ ਕਰਨਾ ਹੁੰਦਾ ਹੈ ਹੁਣ ਬਹੁਤ ਸਾਰੇ ਲੋਗ ਅਪਲਾਈ ਕਰਦੇ ਨੇ ਐਵੀਡੈਂਸ ਪਰ ਜੇਕਰ ਉਹਨਾਂ ਦੀ ਐਬਸੈਂਸ ਬੱਚਿਆਂ ਦੀ ਆਸਟ੍ਰੇਲੀਆ ਤੋਂ ਥੋੜੀ ਲੰਬੀ ਹੋ ਜਵੇ 2 3 4 ਸਾਲ ਦੀ 5 ਸਾਲ ਦੀ ਆਏ ਤੋਂ ਲੰਬੀ ਤੇ ਕਈ ਵਾਰੀ ਕੇਸ ਜਿਹੜੇ ਰਿਫਿਊਜ਼ ਕਰ ਦਿੱਤੇ ਜਾਂਦੇ ਨੇ ਆਮ ਤੌਰ ਤੇ ਸਾਡੇ ਕੋਲ ਬਹੁਤ ਕੇਸ ਆਏ ਆ ਜਿਦੇ ਵਿੱਚ ਬੱਚਿਆਂ ਦੀ ਐਬਸੈਂਸ ਦਨ 4 5 ਸਾਲ ਦੀ ਵੀ ਸੀ ਤੇ ਅਸੀਂ ਉਹਨਾਂ ਕੇਸਿਸ ਦੇ ਵਿੱਚ ਉਹਨਾਂ ਦੀ ਹੈਲਪ ਕਰ ਸਕਿਆ ਪਰ ਇੱਕ ਰੀਸੈਂਟਲੀ ਦੇਖਣ ਚ ਆਇਆ ਸੀਗਾ ਕਿ ਡਿਪਾਰਟਮੈਂਟ ਦਾ ਰੋਕੇ ਨਾ ਕੇਸ ਕੇਸਿਸ ਵੱਲ ਬਦਲ ਗਿਆ ਸੀ ਤੇ ਜੇਕਰ ਕਿਸੇ ਬੱਚੇ ਦੀ ਐਬਸੈਂਸ ਆਸਟ੍ਰੇਲੀਆ ਚੋਂ ਲੈਟ ਸੇ 2 3 ਸਾਲ ਤੋਂ ਵੱਧ ਹੋ ਜਾਂਦੀ ਸੀ ਡਿਪਾਰਟਮੈਂਟ ਉਹ ਕੇਸਿਸ ਰਿਫਿਊਜ਼ ਕਰ ਦਿੰਦਾ ਸੀ ਸਾਡੇ ਕੋਲੇ ਕੇਸ ਆਇਆ ਜੀ ਉਸ ਕੇਸ ਦੇ ਵਿੱਚ ਬੱਚੀ ਦੀ ਐਬਸੈਂਸ ਜਿਹੜੀ ਹੈ ਆਸਟ੍ਰੇਲੀਆ ਤੋਂ ਰਫਲੀ 6 ਸਾਲ ਦੀ ਐਬਸੈਂਸ ਸੀਗੀ ਤੁਹਾਨੂੰ ਮੈਂ ਡਾਕੂਮੈਂਟ ਦਿਖਾਉਣਾ ਚਾਹੁੰਦਾ ਤੇ ਰਫਲੀ ਮਤਲਬ ਤਕਰੀਬਨ 2117 ਦਿਨ ਜਿਹੜੇ ਕਿ ਪੌਣੇ 6 ਸਾਲ ਦਾ ਟਾਈਮ ਬੰਦ ਹੈ ਉਹ ਬੱਚੀ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਵਿੱਚ ਨਹੀਂ ਸੀ ਤੇ ਉਹਦੇ باوجود ਅਸੀਂ ਇਸ ਕੇਸ 'ਚ ਉਹਨਾਂ ਦੀ ਹੈਲਪ ਕਰ ਸਕੇ ਜੇ ਤੁਸੀਂ ਦੇਖੋ ਅਸੀਂ ਜਦੋਂ ਐਪਲੀਕੇਸ਼ਨ ਲਾਈ ਉਹ ਤੋਂ ਬਾਅਦ ਡਿਪਾਰਟਮੈਂਟ ਨੇ ਆਹ ਲੈਟਰ ਭੇਜਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਇਸ ਬੱਚੀ ਦੀ ਜਿਹੜੀ ਐਬਸੈਂਸ ਹੈ 2117 ਦਿਨਾਂ ਦੀ ਐਬਸੈਂਸ ਹੈ ਪਹਿਲਾਂ 28 ਦਿਨ ਫਿਰ 14 ਦਿਨ ਫਿਰ 786 ਦਿਨ ਜਿਹੜੇ ਕਿ 1 ਸਾਲ ਤੋਂ ਵੱਧ ਬਣਦੇ ਨੇ ਫਿਰ 1227 ਦਿਨ ਜਿਹੜੇ ਸਵਾ ਤਿੰਨ ਸਾਲ ਤੋਂ ਵੱਧ ਬਣਦੇ ਨੇ ਤੇ ਕੁੱਲ ਮਿਲਾ ਕੇ ਬੱਚੀ ਦੀ ਐਬਸੈਂਸ ਜਿਹੜੀ ਹੈ ਉਹ ਆਸਟ੍ਰੇਲੀਆ ਦੇ ਵਿੱਚੋਂ ਪੌਣੇ 6 ਸਾਲ ਦੀ ਐਬਸੈਂਸੀ ਤੇ ਅਸੀਂ ਬਾਜਵਾ ਇਮੀਗ੍ਰੇਸ਼ਨ ਤੇ ਇਸ ਇਸ ਕੇਸ ਤੇ ਕਾਫੀ ਮਿਹਨਤ ਕੀਤੀ ਅਸੀਂ ਇਸ ਚੀਜ਼ ਦਾ ਜਵਾਬ ਦਿੱਤਾ ਲਾਅ ਦੇ ਮੁਤਾਬਿਕ ਜੋ ਵੀ ਬਣਦਾ ਸੀ ਸੀਗਾ ਸਬਮਿਸ਼ਨ ਬਣਾ ਕੇ ਲੰਬੀ ਛੋੜੀ ਉਹਨਾਂ ਨੂੰ ਭੇਜੀ ਤੇ ਖੁਸ਼ੀ ਦੀ ਗੱਲ ਹੈ ਕਿ ਆ ਉਹਦਾ ਆਊਟਕਮ ਸਾਨੂੰ ਆ ਮਿਲਿਆ ਹਾਂਜੀ ਅਸੀਂ ਬਾਜਵਾ ਇਮੀਗ੍ਰੇਸ਼ਨ ਤੇ ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਬੱਚਿਆਂ ਨੂੰ ਹੈਲਪ ਕੀਤੀ ਹੈ ਬਹੁਤ ਸਾਰੇ ਮਾਪਿਆਂ ਨੂੰ ਹੈਲਪ ਕੀਤੀ ਹੈ ਜਿਹੜੇ ਆਪ ਫੈਡਰਲ ਕੋਰਟ ਦੇ ਵਿੱਚ ਜਾਂ ਏਟੀਵੀ ਵਿੱਚ ਹੈਗੇ ਆ ਉਹਨਾਂ ਕੋਲ ਆਪ ਕੋਈ ਵੀਜ਼ਾ ਨਹੀਂ ਵੀ ਹੈਗਾ ਪਰ ਉਹਨਾਂ ਦੇ ਬੱਚੇ ਇੱਥੇ ਪੈਦਾ ਹੋਏ ਸੀ ਭਾਵੇਂ ਉਹ ਆਸਟ੍ਰੇਲੀਆ ਤੋਂ ਕੁਝ ਸਮੇਂ ਲਈ ਜਾਂ ਲੰਬੇ ਸਮੇਂ ਲਈ ਬਾਹਰ ਵੀ ਸੀ ਸੀ ਉਹਨਾਂ ਨੂੰ ਪਹਿਲਾਂ ਹੈਲਪ ਕਰ ਸਕੇ ਆ ਪਰ ਆ ਜਿਹੜਾ ਕੇਸ ਹੈ ਤਕਰੀਬਨ 6 ਸਾਲ ਦੀ ਐਬਸੈਂਸ ਆਪਣੇ ਆਪ ਵਿੱਚ ਇੱਕ ਮਾਇਨੇ ਰੱਖਦਾ ਹੈ ਇਹਨਾਂ ਦਾ ਇੱਕ ਤਰੀਕੇ ਦਾ ਰਿਕਾਰਡ ਹੀ ਹੈ ਕਿ ਇੰਨੀ ਲੰਬੀ ਐਬਸੈਂਸ ਦੇ ਬਾਵਜੂਦ ਜਿਹੜਾ ਬੱਚੇ ਨੂੰ australian citizenship ਦਾ ਜਿਹੜਾ ਐਵੀਡੈਂਸ ਉਹਦਾ ਅਪਰੂਵ ਕਰਤਾ ਹੈ ਪੇਰੈਂਟਸ ਇਹਦਾ ਜ਼ਾਹਰ ਤੌਰ ਤੇ ਬਹੁਤ ਖੁਸ਼ ਹੈ ਗਿਆ ਤੇ ਬੱਚੀ ਨੂੰ ਬਹੁਤ-ਬਹੁਤ ਮੁਬਾਰਕਾਂ ਬੱਚੀ ਦਾ ਭਵਿੱਖ ਜਿਹੜਾ ਉਹ ਬਹੁਤ ਵਧੀਆ ਜਿਹੜਾ ਬਣ ਸਕਦਾ ਉਹਦੇ ਪੇਰੈਂਟਸ ਜ਼ਾਹਰ ਤੌਰ ਤੇ ਬਹੁਤ ਖੁਸ਼ ਨੇ ਬੱਚੀ ਬਹੁਤ ਖੁਸ਼ ਹੈ ਪਰ ਜੇ ਤੁਹਾਨੂੰ ਵੀ ਹੈਲਪ ਚਾਹੀਦੀ ਅਸੀਂ ਇਹ ਤਾਂ ਪਹਿਲਾਂ ਵੀ ਮੈਂ ਯਾਦ ਕਰਾਉਣਾ ਚਾਹਣਾ ਕਿ ਅਸੀਂ ਇੱਕ ਪਟੀਸ਼ਨ ਸ਼ੁਰੂ ਕੀਤੀ ਸੀ ਇਦਾਂ ਦੇ ਬੱਚਿਆਂ ਦੀ ਇਦਾਂ ਦੇ ਪੇਰੈਂਟਸ ਦੇ ਲਈ ਜਿਨ੍ਹਾਂ ਦੇ ਬੱਚੇ ਆਸਟ੍ਰੇਲੀਅਨ ਸਿਟੀਜ਼ਨ ਹੋ ਗਏ ਨੇ ਇੱਥੇ 10 ਸਾਲ ਰਹਿਣ ਕਰਕੇ ਪਰ ਉਹਨਾਂ ਕੋਲ ਆਪਣਾ ਕੋਈ ਵੀਜ਼ਾ ਨਹੀਂ ਤੇ ਅਸੀਂ ਇਸ ਪਾਸੇ ਕਾਫੀ ਧੀਰ ਤੋਂ ਤੇ ਉਮੀਦ ਕਰਦੇ ਹਾਂ ਕਿ ਆ ਜਿਹੜਾ ਕੇਸ ਹੈ ਇਹਦੇ ਨਾਲ ਹੋਰ ਸਾਰੇ ਬਹੁਤ ਲੋਕਾਂ ਦੇ ਲਈ ਰਾਹ ਖੁੱਲਣਗੇ ਜੇ ਤੁਸੀਂ ਵੀ ਅਜਿਹੀ ਸਿਚੁਏਸ਼ਨ ਚੋਂ ਹੈਲਪ ਚਾਹੁੰਦੇ ਹੋ ਤੁਸੀਂ ਬਾਜੂ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਨਾਮ ਸ਼ਮਸ਼ੇਰ ਹੈ ਮੈਨੂੰ ਤੁਸੀਂ ਮੈਲਬਨ ਸੀਬੀਡੀ ਆਫਿਸ ਮਿਲ ਸਕਦੇ ਹੋ ਧੰਨਵਾਦ